ਬਹਿਸ ਉਤੇ ਗੰਭੀਰ ਦੋਸ਼ ਲਾਉਣ ਵਾਲੇ ਰਮੇਸ਼ ਸੰਘਾ ਨੂੰ ਲਿਬਰਲ ਕਾਕਸ ਵਿੱਚੋਂ ਕੀਤਾ ਗਿਆ ਬਾਹਰ। ਬ੍ਰੈਂਪਟਨ ਸੈਂਟਰ ਤੋਂ ਐਮ ਪੀ ਰਮੇਸ਼ ਸੰਘਾ ਨੂੰ ਲਿਬਰਲ ਕਾਕਸ ਤੋਂ ਬਾਹਰ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਰਮੇਸ਼ ਸੰਘਾ ਜੋ ਕਿ ਪੇਸ਼ੇ ਤੋਂ ਵਕੀਲ ਹੈ, ਸਭ ਤੋਂ ਪਹਿਲਾਂ 2015 ਵਿੱਚ ਲਿਬਰਲ ਐਮ ਪੀ ਚੁਣਿਆ ਗਿਆ। ਅਤੀਤ ਵਿੱਚ ਵੀ ਉਸ ਵੱਲੋਂ ਲਿਬਰਲ ਪਾਰਟੀ ਉੱਤੇ ਸਿੱਖ ਵੱਖਵਾਦੀਆਂ ਦੀ ਪੁਸ਼ਤ ਪਨਾਹੀ ਦਾ ਦੋਸ਼ ਲਾਇਆ ਜਾਂਦਾ ਹੈ। ਬੀਤੇ ਦਿਨੀ ਵਾਈ ਮੀਡੀਆ ਨੂੰ ਦਿੱਤੀ ਗਈ ਇੱਕ ਇੰਟਰਵਿਊ ਦੌਰਾਨ ਰਮੇਸ਼ ਸੰਘਾ ਨੇ ਨਵਦੀਪ ਬੈਂਸ ਉੱਤੇ ਗੰਭੀਰ ਦੋਸ਼ ਲਾਏ ਸਨ, ਜਿੱਥੇ ਨਵਦੀਪ ਬੈਂਸ ਵੱਲੋਂ ਮੰਤਰੀ ਦੇ ਅਹੁਦੇ ਅਤੇ ਸਿਆਸਤ ਛੱਡਣ ਦਾ ਕਾਰਨ ਆਪਣੇ ਪਰਿਵਾਰ ਨੂੰ ਸਮਾਂ ਦੇਣਾ ਦੱਸਿਆ। ਉੱਥੇ ਸੰਘਾ ਨੇ ਬੈਂਸ ਦੇ ਫੈਸਲੇ ਉੱਤੇ ਹੈਰਾਨੀ ਪ੍ਰਗਟਾਈ, ਕਿਹਾ ਨਾ ਤਾਂ ਇਹ ਗੱਲ ਉਸ ਨੂੰ ਹਜ਼ਮ ਹੋ ਰਹੀ ਹੈ ਅਤੇ ਨਾ ਹੀ ਭਾਈਚਾਰੇ ਨੂੰ। ਇਸ ਨਾਲ ਹੀ ਉਹਨਾਂ ਨਵਦੀਪ ਬੈਂਸ ਦੇ ਪਿਛੋਕੜ ਬਾਰੇ ਗੱਲ ਕਰਦਿਆਂ ਕਿਹਾ ਕਿ ਜਦੋਂ ਕੋਈ ਇੰਤਹਾ ਪਸੰਦ ਹੋਵੇ ਅਤੇ ਖਾਲਿਸਤਾਨੀ ਹੋਵੇ, ਕੀ ਉਹ ਮੰਤਰੀ ਬਣਨ ਦੇ ਕਾਬਲ ਹੈ? ਉਹਨਾਂ ਆਖਿਆ ਕੁਝ ਅਜਿਹੇ ਕਾਰਨ ਹੀ ਹਨ ਜਿਨ੍ਹਾਂ ਕਰਕੇ ਨਵਦੀਪ ਬੈਂਸ ਨੂੰ ਆਪਣਾ ਮੰਤਰੀ ਪਦ ਛੱਡਣਾ ਪਿਆ। ਇਹ ਤੇ ਵਰਨਯੋਗ ਹੈ ਕਿ ਨਵਦੀਪ ਬੈਂਸ ਦਾ ਕਿਤੇ ਵੀ ਇੰਤਹਾ ਪਸੰਦ ਵਿਚਾਰ ਸੁਣਨ ਪੜ੍ਹਨ ਨੂੰ ਨਹੀਂ ਮਿਲਦੇ। ਉਹਨਾਂ ਦੀ ਵਿਚਾਰਧਾਰਾ ਹਮੇਸ਼ਾ ਬਹੁਤ ਹੀ ਲਿਬਰਲ ਰਹੀ ਹੈ। ਇਸੇ ਤਰ੍ਹਾਂ ਹੀ ਰਮੇਸ਼ ਸੰਘਾ ਨੇ ਵੀ ਇਸ ਇੰਟਰਵਿਊ ਵਿੱਚ ਕਿਹਾ ਸੀ ਕਿ ਹੁਣ ਉਹ ਕਿਸੇ ਬੰਦਿਸ਼ ਵਿੱਚ ਨਹੀਂ ਰਹੇ, ਸਗੋਂ ਇੱਕ ਆਜ਼ਾਦ ਉਮੀਦਵਾਰ ਵਜੋਂ ਵਿਚਰਨਗੇ। ਉਹਨਾਂ ਆਖਿਆ ਕਿ ਜਦੋਂ ਮੈਨੂੰ ਕਾਕਸ ਵਿੱਚੋਂ ਕੱਢੇ ਜਾਣ ਦੀ ਗੱਲ ਸੁਣੀ ਤਾਂ ਪਹਿਲਾਂ ਤਾਂ ਮੈਨੂੰ ਝਟਕਾ ਜਿਹਾ ਲੱਗਿਆ, ਫਿਰ ਮਹਿਸੂਸ ਕੀਤਾ ਕਿ ਹੁਣ ਮੈਂ ਆਜ਼ਾਦ ਹੋ ਗਿਆ। ਸੰਨ 2019 ਵਿੱਚ ਵੀ ਰਮੇਸ਼ ਸੰਘਾ ਵੱਲੋਂ ਆਪਣੀ ਪਾਰਟੀ ਉੱਤੇ ਦੋਸ਼ ਲਾਏ ਗਏ ਸਨ। ਇਹ ਪਾਰਟੀ ਖਾਲਸਾਤਾਨੀਆਂ ਦੀ ਪਿੱਠ ਥਾਪੜਦੀ ਹੈ, ਜੋ ਕਿ ਚੰਗੀ ਗੱਲ ਨਹੀਂ। ਸੋਮਵਾਰ ਨੂੰ ਸਰਕਾਰੀ ਵਿਪ ਮਾਰਕ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਉਹਨਾਂ ਨੂੰ ਪਿਛਲੇ ਹਫ਼ਤੇ ਇਸ ਸੰਬੰਧ ਵਿੱਚ ਜਾਣਕਾਰੀ ਮਿਲੀ ਕਿ ਸੰਘਾ ਨੇ ਆਪਣੇ ਕੌਕਸ ਦੇ ਕੁਝ ਕੁਲੀਗਸ ਦੇ ਸੰਬੰਧ ਵਿੱਚ ਬੇਅਸਰ ਪੈਰ ਅਤੇ ਖਤਰਨਾਕ ਦੋਸ਼ ਲਾਏ ਹਨ, ਪਰ ਹਾਲੈਂਡ ਨੇ ਇਹਨਾਂ ਦੋਸ਼ਾਂ ਬਾਰੇ ਤਫਤੀਸ਼ ਦੀ ਕੋਈ ਜਾਣਕਾਰੀ ਨਹੀਂ ਦਿੱਤੀ। ਉਹਨਾਂ ਆਖਿਆ ਕਿ ਇਸ ਸੰਬੰਧ ਵਿੱਚ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਹ ਸੰਘਾਂ ਨੂੰ ਪਾਰਟੀ ਕੌਕਸ ਤੋਂ ਬਾਹਰ ਕੀਤਾ ਗਿਆ ਹੈ। ਉਹਨਾਂ ਆਖਿਆ ਕਿ ਅਸੀਂ ਬਹੁਤ ਵਾਰੀ ਇਹ ਸਪਸ਼ਟ ਕਰ ਚੁੱਕੇ ਕਿ ਪਾਰਲੀਮੈਂਟੀ ਮੈਂਬਰ ਜਾਂ ਹੋਰਨਾਂ ਕੈਨੇਡੀਅਨ ਖਿਲਾਫ਼ ਇਸ ਤਰ੍ਹਾਂ ਦੀਆਂ ਕੌਨਸਪਰੇਸੀਜ਼ ਥਿਊਰੀਜ਼ ਤੋਂ ਖਤਰਨਾਕ ਇਲਜ਼ਾਮਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਲਿਬਰਲ ਕੌਕਸ ਨਸਲਵਾਦ ਅਤੇ ਸਹਿਣਸ਼ੀਲਤਾ ਦੇ ਖਿਲਾਫ਼ ਹਮੇਸ਼ਾ ਸਟੈਂਡ ਲੈਣਾ ਜਾਰੀ ਰੱਖੇਗਾ। ਰੁਕ ਕਰਦੇ ਹਾਂ ਅਗਲੀ ਖ਼ਬਰ ਵੱਲ।